ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਟੱਡੀ ਪੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ B1 ਇਗਜ਼ਾਮ ਵਿੱਚ ਆਉਣ ਵਾਲੇ ਕੁਝ IPC ਦੇ ਕੁਐਸਚਨਾਂ ਦਾ ਕੁਇਜ਼ ਕਰਾਂਗੇ ਮੈਂ ਇਹਨਾਂ ਕੁਇਜ਼ ਦੇ ਆਨਸਰ ਦੇਣ ਲਈ ਤੁਹਾਨੂੰ 5 ਸੈਕਿੰਡ ਦਾ ਸਮਾਂ ਦਵਾਂਗਾ ਜੇ ਤੁਹਾਨੂੰ ਜ਼ਿਆਦਾ ਸਮਾਂ ਦੀ ਲੋੜ ਹੈ ਤਾਂ ਤੁਸੀਂ ਵੀਡੀਓ ਨੂੰ ਪਾਉਜ਼ ਕਰਕੇ ਆਨਸਰ ਦੇ ਸਕਦੇ ਹੋ ਚਲੋ ਸ਼ੁਰੂ ਕਰਦੇ ਹਾਂ ਅੱਜ ਦਾ ਕੁਇਜ਼ ਕਵੈਸਚਨ ਨੰਬਰ 1 ਭਾਰਤੀ ਦੰਡ ਸੰਗਠਨਾ ਦੀ ਧਾਰਾ 166 ਉੜਾ ਤਹਿਤ ਦੋਸ਼ੀ ਨੂੰ ਘੱਟੋ-ਘੱਟ ਕਿੰਨੀ ਸਜ਼ਾ ਦਿੱਤੀ ਜਾ ਸਕਦੀ ਹੈ ਇਸ ਦੇ ਆਪਸ਼ਨ ਹਨ ਉੜਾ ਸਖਤ ਸਜ਼ਾ 6 ਮਹੀਨੇ ਆੜਾ 1 ਸਾਲ ਦੀ ਕੈਦ ਈੜੀ 2 ਸਾਲ ਦੀ ਕੈਦ ਜਾਂ ਸਸਾ 3 ਸਾਲ ਦੀ ਕੈਦ ਇਸ ਦੇ ਲਈ ਤੁਹਾਡਾ ਸ਼ਮਾ ਸ਼ੁਰੂ ਹੁੰਦਾ ਹੈ ਇਸ ਦਾ ਸਹੀ ਆਨਸਰ ਹੈ ਉੜਾ ਸਖਤ ਸਜ਼ਾ 6 ਮਹੀਨੇ ਕੁਐਸਚਨ ਨੰਬਰ 2 ਭਾਰਤੀ ਦੰਡ ਸੰਘਤਾ ਦੀ ਧਾਰਾ 174 ਉੜਾ ਕਿਸ ਅਦਾਲਤ ਵੱਲੋਂ ਸੁਣਵਾਈਯੋਗ ਹੈ অপਸ਼ਨ ਉੜਾ ਸੈਸ਼ਨ ਅਦਾਲਤ ਆੜਾ ਸੀ ਜੀ ਐਮ ਈਡੀ ਮੈਜਿਸਟਰੇਟ ਪਹਿਲਾ ਦਰਜਾ ਜਾਂ ਸਸਾ ਕੋਈ ਮੈਜਿਸਟਰੇਟ ਨਹੀਂ ਇਸ ਦਾ ਸਹੀ ਆਨਸਰ ਹੈ ਈਡੀ ਮੈਜਿਸਟਰੇਟ ਪਹਿਲੇ ਦਰਜਾ ਕਵੈਸਚਨ ਨੰਬਰ 3 ਭਾਰਤੀ ਦੰਡ ਸੰਘਤਾ ਦੀ ਧਾਰਾ 279 ਕਿਸ ਅਦਾਲਤ ਵੱਲੋਂ ਸੁਣਵਾਈਯੋਗ ਹੈ ਇਸ ਦੇ ਆਪਸ਼ਨਸ ਹਨ ਉੜਾ ਸ਼ਾਸਨ ਅਦਾਲਤ ਆੜਾ ਸੀਜੀਐਮ ਐਡੀ ਮੈਜਿਸਟਰੇਟ ਪਹਿਲਾ ਦਰਜਾ ਜਾਂ ਸਸਾ ਕੋਈ ਮੈਜਿਸਟਰੇਟ ਇਸ ਦਾ ਸਹੀ ਅਨਸਰ ਹੈ ਸਸਾ ਕੋਈ ਵੀ ਮੈਜਿਸਟਰੇਟ अगला क्वेश्चन क्वेश्चन नंबर चार भारतीय दंड संकत की धारा तीन सौ चौबीस किस जोग अदालत वालों सुनवाई योग है इस्शन सैशन अदालत सी जी एम मैजिस्ट्रेट पहला दर्जा कोई मैजिस्ट्रेट इसका सही आंसर दसो इस सही उत्तर है सस्ता कोई मैजिस्ट्रेट ਕਵੈਸਚਨ ਨੰਬਰ 5 ਭਾਰਤੀ ਦੰਡ ਸੰਘਤਾ ਦੀ ਧਾਰਾ 326 ਉੜਾ ਤਹਿਤ ਦੋਸ਼ੀ ਨੂੰ ਘੱਟੋ ਘੱਟ ਕਿੰਨੀ ਸਜ਼ਾ ਦਿੱਤੀ ਜਾ ਸਕਦੀ ਹੈ ਦੋਸਤੋ ਇੱਥੇ ਮੈਂ ਵਰਡ ਯੂਜ਼ ਕੀਤਾ ਘੱਟੋ ਘੱਟ ਸਜ਼ਾ ਦਾ ਇਸ ਦੇ ਆਪਸ਼ਨਸ ਹਨ 10 ਸਾਲ ਕੈਦ 5 ਸਾਲ ਕੈਦ 6 ਸਾਲ ਕੈਦ ਜਾਂ 7 ਸਾਲ ਕੈਦ ਇਸ ਦਾ ਸਹੀ ਆਨਸਰ ਦੱਸੋ ਇਸ ਦਾ ਸਹੀ ਆਨਸਰ ਹੈ 10 ਸਾਲ ਕੈਦ। ਕੁਐਸਚਨ ਨੰਬਰ 6 ਜ਼ਬਰਨ ਇਕਵਾਲ ਕਰਵਾਉਣ ਜਾਂ ਜਾਇਦਾਦ ਮੋੜਨ ਲਈ ਮਜਬੂਰ ਕਰਨ ਲਈ ਸਵੇ ਇੱਛਾ ਨਾਲ ਸੱਟ ਮਾਰੇ ਤਾਂ ਭਾਰਤੀ ਦੰਡ ਸੰਘਤਾ ਦੀ ਕਿਸ ਤਰ੍ਹਾਂ ਦੀ ਜੁਰਮ ਕਰਦਾ ਹੈ? ਇਸ ਦੇ ਆਪਸ਼ਨਸ ਹਨ ਊੜਾ 330 ਆਈਪੀਸੀ, 832 ਆਈਪੀਸੀ, ਏਡੀ 324 ਆਈਪੀਸੀ ਜਾਂ 632 ਆੜਾ ਆਈਪੀਸੀ। ਇਸ ਦਾ ਸਹੀ ਉੱਤਰ ਹੈ 300 ਇਸ ਦਾ ਸਹੀ ਉੱਤਰ ਹੈ ਊੜਾ 330 ਆਈਪੀਸੀ ਕੁਐਸਚਨ ਨੰਬਰ 7 ਜਬਰਨ ਇਕਵਾਲ ਕਰਾਉਣ ਜਾਂ ਜਾਇਦਾਦ ਮੋੜਨ ਲਈ ਮਜਬੂਰ ਕਰਨ ਲਈ ਸਵੈ ਇੱਛਾ ਨਾਲ ਗੰਭੀਰ ਸੱਟ ਮਾਰੇ ਤਾਂ ਭਾਰਤੀ ਦੰਡ ਸੰਘਤਾ ਦੀ ਕਿਸ ਤਾਰਾ ਅਧੀਨ ਜੁਰਮ ਕਰਦਾ ਹੈ ਇਸ ਦੇ ਆਪਸ਼ਨਸ ਹਨ ਊੜਾ 331 ਆਈਪੀਸੀ 832 आईपीसी 8326 8 आईपीसी ਜਾਂ 6324 आईपीसी ਇਸ ਦਾ ਸਹੀ ਉੱਤਰ ਹੈ 8331 आईपीसी ਕੁਐਸਚਨ ਨੰਬਰ 8 ਅਗਵਾ ਕਰਨਾ ਦੋ ਕਿਸਮ ਦਾ ਹੋਵੇਗਾ ਭਾਰਤ ਵਿੱਚੋਂ ਅਗਵਾ ਅਤੇ ਕਾਨੂੰਨੀ ਸਰਪਸਤੀ ਵਿੱਚੋਂ ਅਗਵਾ ਕਰਨਾ ਇਹ ਭਾਰਤੀ ਦੰਡ ਸੰਘਤਾ ਦੀ ਕਿਹੜੀ ਧਾਰਾ ਵਿੱਚ ਜ਼ਿਕਰ ਕੀਤਾ ਗਿਆ ਹੈ 355 आईपीसी 358 आईपीसी 369 आईपीसी ਜਾਂ 6 360 आईपीसी ਇਸ ਇਸ ਦਾ ਸਹੀ ਉੱਤਰ ਦੱਸੋ ਇਸ ਦਾ ਸਹੀ ਉੱਤਰ ਹੈ ईडी 369 आईपीसी ਕੁਐਸਚਨ ਨੰਬਰ 9 ਭਾਰਤੀ ਦੰਡ ਸੰਘਤਾ ਦੀ ਧਾਰਾ 385 ਕਿਸ ਅਦਾਲਤ ਵੱਲੋਂ ਸੁਣਵਾਈ ਯੋਗ ਹੈ ਸ਼ਸ਼ਨ ਅਦਾਲਤ ਸੀਜੀਐਮ ਮੈਜਿਸਟਰੇਟ ਪਹਿਲਾ ਦਰਜਾ ਜਾਂ ਸੱਸਾ ਕੋਈ ਮੈਜਿਸਟਰੇਟ ਇਸ ਦਾ ਸਹੀ ਉੱਤਰ ਹੈ ਸੱਸਾ ਕੋਈ ਵੀ ਮੈਜਿਸਟਰੇਟ ਕੁਐਸਚਨ ਨੰਬਰ 10 ਭਾਰਤੀ ਦੰਡ ਸੰਘਤਾ ਦੀ ਧਾਰਾ 402 ਤਹਿਤ ਦੋਸ਼ੀ ਨੂੰ ਕਿੰਨੀ ਸਜ਼ਾ ਦਿੱਤੀ ਜਾ ਸਕਦੀ ਹੈ 2 ਸਾਲ ਕੈਦ 10 ਸਾਲ ਕੈਦ 10 ਸਾਲ ਕੈਦ ਜਾਂ 7 ਸਾਲ ਕੈਦ ਦੱਸੋ ਇਸ ਦਾ ਸਹੀ ਉੱਤਰ ਕੀ ਹੈ ਇਸ ਦਾ ਸਹੀ ਉੱਤਰ ਹੈ 7 ਸਾਲ ਕੈਦ ਕੁਐਸਚਨ ਨੰਬਰ 11 ਕੀ ਭਾਰਤੀ ਦੰਡ ਸੰਘਤਾ ਦੀ ਧਾਰਾ 498 ਉੜਾ ਪੁਲਿਸ ਵੱਲੋਂ ਹੱਥ ਪਾਉਣ ਯੋਗ ਹੈ ਕਦੋਂ ਹੁੰਦੀ ਹੈ ਜਦੋਂ ਪੀੜਤਾ ਖੋਜਾ ਉਸ ਦਾ ਖੂਨ ਦਾ ਰਿਸ਼ਤੇਦਾਰ ਮੁੱਖ ਅਫਸਰ ਕੋਲ ਸ਼ਿਕਾਇਤ ਕਰੇ ਆੜਾ ਚੌਕੀਦਾਰ ਦੀ ਸ਼ਿਕਾਇਤ ਤੇ ਈੜੀ ਪਿੰਡ ਦੇ ਸਰਪੰਚ ਜਾਂ ਸ਼ਹਿਰ ਦੇ ਕੌਂਸਲਰ ਦੀ ਸ਼ਿਕਾਇਤ ਤੇ ਜਾਂ ਸੱਸਾ ਉਕਤ ਵਿੱਚੋਂ ਕਿਸੇ ਤੇ ਵੀ ਨਹੀਂ ਇਸ ਦਾ ਸਹੀ ਅਨਸਰ ਦੱਸੋ ਭਾਰਤੀ ਦੰਡ ਸੰਘਤਾ ਦੀ ਧਾਰਾ 498 ਉੜਾ ਪੁਲਿਸ ਵੱਲੋਂ ਉਦੋਂ ਹੱਥ ਪਾਉਣ ਯੋਗ ਹੁੰਦੀ ਹੈ ਜਦੋਂ ਪੀੜਤਾ ਜਾਂ ਉਸ ਦਾ ਖੂਨ ਦਾ ਰਿਸ਼ਤੇਦਾਰ ਮੁੱਖ ਅਫਸਰ ਕੋਲ ਸ਼ਿਕਾਇਤ ਕਰੇ ਕੁਐਸਚਨ ਨੰਬਰ 12 ਭਾਰਤੀ ਦੰਡ ਸੰਘਤਾ ਦੀ ਧਾਰਾ 509 ਕਿਸ ਅਦਾਲਤ ਵੱਲੋਂ ਸੁਣਵਾਈਯੋਗ ਹੈ ਸੈਸ਼ਨ ਅਦਾਲਤ ਸੀ ਜੀ ਐਮ ਮੈਜਿਸਟਰੇਟ ਪਹਿਲਾ ਦਰਜਾ ਕੋਈ ਮੈਜਿਸਟਰੇਟ ਇਸ ਦਾ ਸਹੀ ਉੱਤਰ ਹੈ ਕੋਈ ਵੀ ਮੈਜਿਸਟਰੇਟ ਕੁਐਸਚਨ ਨੰਬਰ 13 ਭਾਰਤੀ ਦੰਡ ਸੰਘਤਾ ਦੀ ਧਾਰਾ 511 ਕਿਸ ਅਦਾਲਤ ਵੱਲੋਂ ਸੁਣਵਾਈਯੋਗ ਹੈ ਸੈਸ਼ਨ ਅਦਾਲਤ ਅਪਰਾਧ ਦੇ ਅਨੁਸਾਰ ਮੈਜਿਸਟਰੇਟ ਪਹਿਲਾ ਦਰਜਾ ਜਾਂ ਸੱਸਾ ਕੋਈ ਮੈਜਿਸਟਰੇਟ ਇਸ ਦਾ ਸਹੀ ਉੱਤਰ ਹੈ ਉਪਰਾਧ ਦੇ ਅਨੁਸਾਰ ਕੁਐਸਚਨ ਨੰਬਰ 14 ਕੀ ਭਾਰਤੀ ਦੰਡ ਸੰਘਤਾ ਦੀ ਧਾਰਾ 166 ਉੜਾ ਜਮਾਨਤ ਯੋਗ ਹੈ ਉੜਾ ਹਾ ਆੜਾ ਨਹੀਂ ਈੜੀ ਸੰਭਵ ਜਾਂ ਸਸਾ ਉਕਤ ਵਿੱਚੋਂ ਕੋਈ ਵੀ ਨਹੀਂ ਇਸ ਦਾ ਸਹੀ ਉੱਤਰ ਹੈ ਹਾਂ ਭਾਰਤੀ ਦੰਡ ਸੰਘਟਨਾ ਦੀ ਧਾਰਾ 166 ਉੜਾ ਜਮਾਨਤ ਯੋਗ ਹੈ ਕੁਐਸਚਨ ਨੰਬਰ 15 ਭਾਰਤੀ ਦੰਡ ਸੰਘਟਨਾ ਦੀ ਧਾਰਾ 187 ਕਿਸ ਵੱਲੋਂ ਸੁਣਵਾਈ ਯੋਗ ਹੈ ਆਪਸ਼ਨ ਸੈਸ਼ਨ ਅਦਾਲਤ ਕੋਈ ਮੈਜਿਸਟਰੇਟ ਸੀਜੀਐਮ ਜਾਂਪ ਮੈਜਿਸਟਰੇਟ ਪਹਿਲਾ ਦਰਜਾ ਇਸ ਦਾ ਸਹੀ ਉੱਤਰ ਹੈ ਕੋਈ ਵੀ ਮੈਜਿਸਟਰੇਟ ਭਾਰਤੀ ਦੰਡ ਸੰਘਤਾ ਦੀ ਧਾਰਾ 187 ਕੋਈ ਵੀ ਮੈਜਿਸਟਰੇਟ ਵੱਲੋਂ ਸੁਣਵਾਈ ਯੋਗ ਹੈ ਅਗਲਾ ਕੁਐਸਚਨ 16 ਨੰਬਰ ਭਾਰਤੀ ਦੰਡ ਸੰਘਤਾ ਦੀ ਧਾਰਾ 323 ਤਹਿਤ ਦੋਸ਼ੀ ਨੂੰ ਕਿੰਨੀ ਸਜ਼ਾ ਦਿੱਤੀ ਜਾ ਸਕਦੀ ਹੈ छे महीने एक साल की कैद दो साल की कैद या तीन साल की कैद इस सही उत्तर दसो इस सही उत्तर है एक साल की कैद क्वेश्चन नंबर सतारा भारतीय दंड संघता की धारा तीन सौ पच्ची तहत दोषी कि सकती है छे महीने एक साल 2 ਸਾਲ ਜਾਂ 7 ਸਾਲ ਇਸ ਦਾ ਸਹੀ ਉੱਤਰ ਹੈ 7 ਸਾਲ ਭਾਰਤੀ ਦੰਡ ਸੰਘਤਾ ਦੀ ਧਾਰਾ 325 ਤਹਿਤ ਦੋਸ਼ੀ ਨੂੰ 7 ਸਾਲ ਦੀ ਸਜ਼ਾ ਦਿੱਤੀ ਜਾ ਸਕਦੀ ਹੈ। ਕੁਐਸਚਨ ਨੰਬਰ 18 ਭਾਰਤੀ ਦੰਡ ਸੰਘਤਾ ਦੀ ਧਾਰਾ 326 ਉੜਾ ਤਹਿਤ ਦੋਸ਼ੀ ਦੀ 10 ਸਾਲ ਤੋਂ ਅੱਗੇ ਕਿੰਨੀ ਸਜ਼ਾ ਵਧਾਈ ਜਾ ਸਕਦੀ ਹੈ? ਇਸ ਦੇ ਆਪਸ਼ਨਸ ਹਨ ਉੜਾ 20 ਸਾਲ ਕੈਦ ਤੱਕ ਆੜਾ 25 ਸਾਲ ਦੀ ਕੈਦ ਤੱਕ ਈੜੀ 26 ਸਾਲ ਦੀ ਕੈਦ ਤੱਕ ਜਾਂ ਸੱਸਾ ਉਮਰ ਕੈਦ ਤੱਕ ਇਸ ਦਾ ਸਹੀ ਉੱਤਰ ਰਸੋ ਇਸ ਦਾ ਸਹੀ ਉੱਤਰ ਹੈ ਆਪਸ਼ਨ ਸੱਸਾ ਉਮਰ ਕੈਦ ਤੱਕ ਦੋਸ਼ੀ ਦੀ ਸਜ਼ਾ ਵਧਾਈ ਜਾ ਸਕਦੀ ਹੈ ਕੁਐਸਚਨ ਨੰਬਰ 19 ਭਾਰਤੀ ਦੰਡ ਸੰਹਿਤਾ ਦੀ ਧਾਰਾ 330 ਤਹਿਤ ਦੋਸ਼ੀ ਨੂੰ कि सजा दी जा सकती है दस साल की कैद पाँच साल कैद छे साल कैद या सत साल कैद इस सही उत्तर है दस साल कैद क्वेश्चन नंबर बी भारतीय दंड संघता की धारा तीन सौ कती तहत दोषी कि सजा दी जा सकती है सत साल कैद छः साल कैद 10 ਸਾਲ ਕੈਦ ਜਾਂ 5 ਸਾਲ ਕੈਦ ਦੱਸੋ ਦੋਸਤੋ ਇਸ ਦਾ ਸਹੀ ਉੱਤਰ ਕੀ ਹੈ ਇਸ ਦਾ ਸਹੀ ਉੱਤਰ ਹੈ ਏ ਡੀ 10 ਸਾਲ ਕੈਦ ਇਸ ਦੇ ਨਾਲ ਹੀ ਦੋਸਤੋ ਆਪਣਾ ਅੱਜ ਦਾ ਕੁਇਜ਼ ਖਤਮ ਹੁੰਦਾ ਹੈ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਵੱਤਵਤ ਜੋ ਵੀ ਪੀਵੰਤ ਐਗਜ਼ਾਮ ਦੇਣਾ ਚਾਹੁੰਦੇ ਹਨ ਉਨਾ ਤੱਕ ਇਹ ਵੀਡੀਓ ਪਹੁੰਚੇ ਐਦਾਂ ਦੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਚਲੋ ਮਿਲਦੇ ਹਾਂ ਹੁਣ ਅਗਲੀ ਵੀਡੀਓ ਵਿੱਚ ਧੰਨਵਾਦ